ਇੱਕ ਭਿਆਨਕ ਹਾਦਸੇ ਦੀ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ 18 ਮਹੀਨੇ ਦੀ ਇੱਕ ਬੱਚੀ ਜਦੋਂ ਘਰ ਦੇ ਬਾਹਰ ਆਪਣੀ ਮਾਂ ਦੇ ਨਾਲ ਖੇਡ ਰਹੀ ਸੀ ਤਾਂ ਉਸ ਦੇ ਉੱਤੇ ਅਚਾਨਕ ਹੀ ਕਾਰ ਚੜ ਜਾਂਦੀ ਹੈ। ਤਾਂ ਦੱਸ ਦਈਏ ਕਿ ਕਾਰ ਚਾਲਕ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ ਕਿ ਆਖਰ ਇਸ ਨੂੰ ਅੱਗੇ ਖੇਡਦੀ ਆਪਣੀ ਮਾਂ ਦੇ ਨਾਲ ਬੱਚੀ ਦਿਖੀ ਨਹੀਂ ਜੋ ਇਸਨੇ ਇਸ ਦੇ ਉੱਤੇ ਕਾਰ ਚੜਾ ਦਿੱਤੀ। ਤਾਂ ਤਸਵੀਰਾਂ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲੀਆਂ ਨੇ ਕਿਉਂਕਿ ਇੱਕ 18 ਮਹੀਨੇ ਦੀ ਬੱਚੀ ਜਦੋਂ ਘਰ ਦੇ ਬਾਹਰ ਆਪਣੀ ਮਾਂ ਦੇ ਨਾਲ ਖੇਡ ਰਹੀ ਸੀ ਤਾਂ ਅਚਾਨਕ ਹੀ ਕਾਰ ਚਾਲਕ ਦੇ ਵੱਲੋਂ ਗੱਡੀ ਮੋੜ ਦਿੱਤੀ ਜਾਂਦੀ ਹੈ ਅਤੇ ਗੱਡੀ ਸਿੱਧਾ ਹੀ ਬੱਚੀ ਦੇ ਉੱਪਰ ਚੜ ਜਾਂਦੀ ਹੈ। ਹਾਲਾਂਕਿ ਇਸ ਹਾਦਸੇ ਦੇ ਵਿੱਚ ਬੱਚੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਹੈ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਤਾਂ ਘਟਨਾ ਨੋਇਡਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਜਦੋਂ ਬੱਚੀ ਆਪਣੀ ਮਾਂ ਦੇ ਨਾਲ ਘਰ ਦੇ ਬਾਹਰ ਖੇਡ ਰਹੀ ਹੁੰਦੀ ਹੈ ਤਾਂ ਉਸਦੇ ਉੱਤੇ ਕਾਰ ਚੜਾ ਦਿੱਤੀ ਜਾਂਦੀ ਹੈ। ਹਾਲਾਂਕਿ ਘਟਨਾ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਜਾਂਦੀ ਹੈ ਤਾਂ 12 ਘੰਟਿਆਂ ਦੇ ਅੰਦਰ ਅੰਦਰ ਹੀ ਇਸ ਚਾਲਕ ਨੂੰ ਕਾਬੂ ਵੀ ਕਰ ਲਿਆ ਗਿਆ। ਤਾਂ ਨੋਇਡਾ ਤੋਂ ਇਹ ਹਿਲਾ ਕੇ ਰੱਖ ਦੇਣ ਵਾਲੀ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ। ਹਾਲਾਂਕਿ ਜਦੋਂ ਦੱਸ ਦਈਏ ਕਿ ਕਾਰ ਬੱਚੀ ਦੇ ਉੱਪਰੋਂ ਲੰਘ ਜਾਂਦੀ ਹੈ ਤਾਂ ਬੱਚੀ ਦੇ ਸਾਹ ਚੱਲਦੇ ਨੇ ਤਾਂ ਉਸਨੂੰ ਜਿਵੇਂ ਹੀ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਤਾਂ ਉੱਥੇ ਉਸਨੂੰ ਵੈਂਟੀਲੇਟਰ ਦੇ ਉੱਤੇ ਪਾ ਦਿੱਤਾ ਜਾਂਦਾ, ਉੱਥੇ ਇਲਾਜ ਕੀਤਾ ਜਾਂਦਾ ਤਾਂ ਬੱਚੀ ਦੀ ਜਾਨ ਬਚ ਜਾਂਦੀ ਹੈ। ਤਾਂ ਨੋਇਡਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਕਾਰ ਚਾਲਕ ਦੀ ਵੱਡੀ ਅਣਗਹਿਲੀ ਦਿਖਣ ਨੂੰ ਮਿਲੀ ਹੈ। ਕੱਲ ਜਨਾਬ 28 ਜੂਨ ਨੂੰ ਥਾਣਾ 63 ਦੇ ਅੰਦਰ ਸੈਕਟਰ 63 ਏ ਨੂੰ ਇੱਕ ਕਾਰ ਚਾਲਕ ਦੁਆਰਾ ਘਰ ਕੇ ਬਾਹਰ ਖੇਡ ਲਈ 1.5 ਸਾਲ ਦੀ ਬੱਚੀ ਦੇ ਉੱਪਰ ਕਾਰ ਚਲਾ ਦੀ ਗਈ ਸੀ, ਜਿਸ संदर्भ में थाना 63 में संगीन धाराओं में अभियोग पंजीकृत किया गया। आरोपी चालक की गिरफ्तारी हेतु टीमें रवाना है, शीघ्र ही उसकी गिरफ्तारी सुनिश्चित की जाएगी। बच्चे के बेहतर उपचार हेतु अस्पताल से निरंतर संपर्क किया जा रहा है। अन्य कार्रवाई प्रचलित है।